ਅੰਮ੍ਰਿਤਪਾਲ ਅਮਰੀ ਉਰਫ ਲੈਂਬਰ ਇਹ ਵਿਅਕਤੀ ਸਾਨੂੰ ਚਾਰ ਕਤਲਾਂ 'ਚ ਲੋੜੀਂਦਾ ਸੀਗਾ ਔਰ ਇੱਕ ਕੇਸ 'ਚ ਜਿਹਦੇ 'ਚ ਦੋ ਬੰਦਿਆਂ ਨੂੰ ਗੋਲੀਆਂ ਨਾਲ ਸੀਰੀਅਸਲੀ ਜ਼ਖਮੀ ਕੀਤਾ ਸੀਗਾ ਉਹਨਾਂ ਕੇਸਿਸ 'ਚ ਇਹ ਲੋੜੀਂਦਾ ਸੀ। ਕੱਲ੍ਹ ਅੰਮ੍ਰਿਤਸਰ ਪੁਲਿਸ ਵੱਲੋਂ ਇਹਨੂੰ ਗ੍ਰਿਫਤਾਰ ਕੀਤਾ ਗਿਆ ਸੀ ਕੱਲ੍ਹ ਰਾਤ ਸ਼ਾਮ ਨੂੰ। ਔਰ ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ, ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ, ਬਦ ਇੰਤਜ਼ਾਮੀਆਂ, ਖੱਜਲ ਖੁਆਰੀਆਂ। ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ, ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ, ਤਾਏ, ਪਿਓ, ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ। ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਹੋਰਾਂ ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ, ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ। ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ, ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ। ਪੰਜਾਬ ਦੀ ਭਗਵੰਤ ਮਾਨ ਸਰਕਾਰ ਤੁਹਾਡੇ ਦੁਆਰ। ਪੁੱਛਗਿੱਛ ਨੇ ਦੱਸਿਆ ਸੀ ਕਿ ਇਹਨੇ 2 ਕਿਲੋ ਹੈਰੋਇਨ ਇੱਥੇ ਲੁਕੋਈ ਹੋਈ ਹੈ ਜੀ, ਜਿਸ ਜਗ੍ਹਾ 'ਤੇ ਸਵੇਰੇ ਤਕਰੀਬਨ 8:30-9 ਵਜੇ ਦੇ ਕਰੀਬ ਪੁਲਿਸ ਪਾਰਟੀ ਜਦ ਇਹਨੂੰ ਇੱਥੇ ਹੈਰੋਇਨ ਦੀ ਰਿਕਵਰੀ ਕਰਨ ਲਈ ਲੈ ਕੇ ਆਈ ਅਤੇ ਉੱਥੋਂ ਇਹਨੇ ਪਿਸਟਲ ਵੀ ਇੱਕ ਰੱਖਿਆ ਹੋਇਆ ਸੀਗਾ, ਉਸ ਪਿਸਟਲ ਨੂੰ ਕੱਢ ਕੇ ਇਹਨੇ ਫਾਇਰ ਕੀਤਾ। ਸਾਡਾ ਇੱਕ ਪੁਲਿਸ ਅਫਸਰ ਉੱਥੇ ਹੀ ਸੀਰੀਅਸਲੀ ਜ਼ਖਮੀ ਹੋ ਗਿਆ। ਇਹ ਹੱਥਕੜੀ ਦੇ ਨਾਲ ਹੀ ਇਹਨੇ ਭੱਜਣ ਦੀ ਕੋਸ਼ਿਸ਼ ਕੀਤੀ ਅਤੇ ਸੈਲਫ ਡਿਫੈਂਸ ਜਦੋਂ ਪੁਲਿਸ ਨੇ ਫਾਇਰ ਕੀਤਾ ਅਤੇ ਉੱਥੇ ਇਹਦੀ ਮੌਤ ਹੋ ਗਈ। ਔਰ ਇੱਕ ਸਾਡਾ ਪੁਲਿਸ ਅਫਸਰ ਸੀਰੀਅਸਲੀ ਜ਼ਖਮੀ ਹੋਇਆ ਆ ਪਰ ਇੱਕ ਲੱਕਲੀ ਬਚ ਗਿਆ, ਉਹਦੀ ਪੱਗ 'ਚੋਂ ਬੁਲਟ ਇੱਥੋਂ ਐਂਟਰ ਕਰਕੇ ਅਤੇ ਪਿੱਛੋਂ ਕ੍ਰੋਸ ਕੀਤੀ ਆ ਔਰ ਉਹ ਬਚਾਅ ਹੋ ਗਿਆ ਜੀ ਉਹਦਾ। ਸੋ 2 ਕਿਲੋ ਹੈਰੋਇਨ, 1 9mm ਦਾ ਇੰਪੋਰਟਿਡ ਪਿਸਟਲ, 30 ਬੋਰ ਦੇ ਰੌਂਦ, 9mm ਦੇ ਰੌਂਦ ਅਤੇ ਖੋਲ ਇਹ ਉੱਥੋਂ ਬਰਾਮਦ ਹੋਏ। ਕਿੰਨੇ ਰੌਂਦ ਹੈ ਜਿਹੜੇ ਬਰਾਮਦ ਹੋਏ? ਉਹ ਹੁਣ ਸਾਰਾ ਅਸੀਂ ਸਰਚ ਵੀ ਕਰ ਰਹੇ ਹਾਂ ਜੀ ਉੱਥੇ ਸਾਰਾ ਕੁਛ। ਹਾਂਜੀ, ਇਹਦੇ ਇਹ ਜਿਹੜੇ ਸਾਡੇ ਜੰਡਿਆਲੇ 'ਚ ਮਰਡਰ ਹੋਏ ਸੀਗੇ ਇਹ ਇਨੀਸ਼ਲੀ ਜਿਹੜੇ ਸ਼ੂਟਰ ਸੀ ਉਹਨਾਂ 'ਚੋਂ 3 ਪਹਿਲੋਂ ਫੜੇ ਜਾ ਚੁੱਕੇ ਆ, ਇੱਕ ਨੂੰ ਅਸੀਂ ਗੋਆ ਤੋਂ ਫੜ ਕੇ ਲਿਆਏ ਸੀਗੇ ਔਰ ਇਹ ਜੋ ਹੈਪੀ ਨਾਂ ਦਾ ਕ੍ਰਿਮੀਨਲ ਆ, ਨੋਟੋਰੀਅਸ ਕ੍ਰਿਮੀਨਲ ਆ, ਇਹ ਸਾਰੇ ਉਹਦੇ ਗੈਂਗ ਨਾਲ ਐਸੋਸੀਏਟ ਸੀਗੇ ਅਤੇ ਇਹ ਉਹਦਾ ਮੇਨ ਸ਼ੂਟਰ ਸੀਗਾ ਜਿਹਨੂੰ ਇਹਨੂੰ ਨਸ਼ੇ ਦੇ ਮਾਮਲੇ ਵੀ ਹੁਣ ਸਾਰਾ ਇਹਦੀ ਜਿਹੜੀ ਸ਼ਮੂਲੀਅਤ ਆ ਜਿਹਦਾ ਇਹ ਅੱਜ ਪੁਲਿਸ ਨੇ ਸੈਲਫ ਡਿਫੈਂਸ 'ਚ ਇਹਨਾਂ ਨੂੰ ਜਿਹੜਾ ਇਹ ਮਾਰਿਆ ਗਿਆ ਆ ਇਹਦੇ 'ਤੇ ਤਾਂ 4 ਕਤਲ ਦੇ ਸੀਗੇ ਕੇਸ, 4 ਬੰਦਿਆਂ ਦੀ ਡੈਥ ਹੋਈ ਸੀ ਜਿਹਨਾਂ ਨੂੰ ਕਤਲ ਕੀਤਾ ਗਿਆ ਸੀਗਾ, 1 307 ਦੇ ਵਿੱਚ ਜ਼ਖਮੀ ਸੀਗੇ ਜੀ। ਭਗਵਾਂ ਪਿੰਡ ਇੱਥੇ ਹੀ ਪੈ ਜਾਂਦਾ ਜੀ ਜੰਡਿਆਲੇ 'ਚ ਅਤੇ ਤਕਰੀਬਨ 22-23 ਸਾਲ ਦੀ ਇਹਦੀ ਉਮਰ ਆ ਜੀ। ਕਤਲ ਕੇਸ 'ਚ ਜੀ, ਕਤਲ ਕੇਸ, ਹਾਂਜੀ ਹਾਂਜੀ, ਅਸੀਂ ਇਹਨਾਂ ਬਿਲਕੁਲ ਹੋਰ ਵੀ ਜਿਹੜੇ ਇਹਦੇ ਰਹਿੰਦੇ ਸਾਥੀ ਅਸੀਂ ਉਹਨਾਂ ਨੂੰ ਵੀ ਅਰੈਸਟ ਕਰਾਂਗੇ। ਰਾਈਵਲ ਗੈਂਗ ਕੋਈ ਇਹਨਾਂ ਦੇ ਪਿੱਛੇ ਹੈਗਾ, ਚਾਹੇ ਉਹ ਲਾਰੈਂਸ ਬਿਸ਼ਨੋਈ ਹੋਏ, ਚਾਹੇ ਉਹ ਜੱਗੂ ਭਗਵਾਨਪੁਰੀਆ, ਕੋਈ ਇਹਨਾਂ ਦੇ ਨਾਲ ਸੰਬੰਧ? ਨਹੀਂ, ਮੈਂ ਦੇਖੋ ਹਲੇ ਤਾਂ ਅਸੀਂ ਇਹਨੂੰ ਕੱਲ੍ਹ ਅਰੈਸਟ ਕੀਤਾ ਸੀ, ਇਹਦੇ ਹੋਰ ਵੀ ਸਾਥੀ ਅਸੀਂ ਫੜੇ ਆ ਪਿਛਲੇ ਦਿਨਾਂ 'ਚ, ਕੁਛ ਬਾਹਰ ਭੱਜਣ ਦੀ ਫਰਾਰ 'ਚ ਸੀਗੇ, ਅਸੀਂ ਏਅਰਪੋਰਟ ਤੋਂ ਵੀ ਉਹਨਾਂ ਨੂੰ ਅਰੈਸਟ ਕੀਤਾ ਆ, ਹੁਣ ਅੰਮ੍ਰਿਤਸਰ ਏਅਰਪੋਰਟ ਤੋਂ ਵੀ ਅਰੈਸਟ ਹੋਏ ਆ। ਇਹਦੇ ਕੋਈ ਸਾਥੀ ਕੱਥੂ ਨੰਗਲ ਦੇ ਵਿੱਚ 15 ਕਿਲੋ ਹੈਰੋਇਨ ਦਾ ਪਰਚਾ ਹੋਇਆ ਸੀ, ਉਹਦੇ 'ਚ ਇਨਵੋਲਵ ਸੀਗੇ, ਉਹਨਾਂ 'ਚ ਉਹਨਾਂ ਦੀ ਅਰੈਸਟ ਹੋਈ ਆ। ਸੋ ਇਹ ਔਨਗੋਇੰਗ ਪ੍ਰੋਸੈਸ ਆ ਇਨਵੈਸਟੀਗੇਸ਼ਨ ਦਾ, ਜਿੱਦਾਂ ਜਿੱਦਾਂ ਵੀ ਹੋਊਗਾ ਅਸੀਂ ਤੁਹਾਨੂੰ।
ਇਹ ਹੈਪੀ ਹੈਪੀ ਜੱਟ ਹੈਪੀ ਇੱਥੋਂ ਦਾ ਜੰਡਿਆਲੇ ਦਾ ਹੀ ਇੱਕ ਨੋਟੋਰੀਅਸ ਕ੍ਰਿਮੀਨਲ ਆ ਉਸ ਗੈਂਗ ਨਾਲ ਸਰ ਤੁਹਾਡੇ ਮੁਲਾਜ਼ਮ ਇੱਕ ਜਿਹੜਾ ਜ਼ਖਮੀ ਹੋਇਆ ਤੁਸੀਂ ਕਹਿ ਰਹੇ ਉਹਨੂੰ ਗੋਲੀ ਲੱਗੀ ਹੈ ਉਸਦੇ ਪਰਿਵਾਰ ਨੂੰ ਕੁਝ ਕਹਿਣਾ ਚਾਹੁੰਦੇ ਤੁਹਾਨੂੰ ਪੂਰਾ ਵਰਲਡ ਸੁਣ ਰਿਹਾ ਪੂਰਾ ਇੰਡੀਆ ਸੁਣ ਰਿਹਾ ਪੂਰਾ ਪੰਜਾਬ ਸੁਣ ਰਿਹਾ ਬਿਲਕੁਲ ਜੀ ਬਿਲਕੁਲ ਸਾਨੂੰ ਪੰਜਾਬ ਪੁਲਿਸ ਤੇ ਮਾਣ ਆ ਸਾਡੇ ਸਾਥੀਆਂ ਤੇ ਮਾਣ ਆ ਜਿਹੜੇ ਮਿਹਨਤ ਨਾਲ ਕੰਮ ਕਰ ਰਹੇ ਆ ਅਸੀਂ ਆਪਦੇ ਸਾਥੀਆਂ ਨਾਲ ਹਮੇਸ਼ਾ ਖੜੇ ਆ ਔਰ ਕੋਈ ਇਹਦੇ 'ਚ ਤਾਂ ਕੋਈ ਦੋ ਰਾਏ ਜਾਂ ਕਹਿਣ ਵਾਲੀ ਗੱਲ ਹੀ ਨਹੀਂ ਹੈ ਜੀ।